ਦੋਸਤੋ ਕਹਿੰਦੇ ਨਾ ਕਹਿੰਦੇ ਹੁੰਦੀ ਬੰਟੀ ਬੈਂਸ ਬੈਂਸ ਤੂੰ ਸੁਣ ਲਾ ਲਾ ਕੇ ਕਰਨਾ। ਗੱਲ ਸੁਣਨ ਤੱਕ ਨਹੀਂ ਰਹੀ, ਹੁਣ ਗੱਲ ਵੇਖਣ ਤੱਕ ਆ ਗਈ। ਸਾਡਾ ਆਪਣਾ ਬੰਟੀ ਬੈਂਸ ਜਿਨ੍ਹਾਂ ਨੇ ਕਿੰਨੀ ਸੁਪਰ ਡੁਪਰ ਹਿੱਟ ਗਾਣੇ ਦਿੱਤੇ ਅਤੇ ਹੁਣ ਹਿੱਟ ਫਿਲਮਾਂ ਦਾ ਹਿੱਸਾ। ਬਾਈ ਹੋਰੀ ਬਾਈ, ਅਸੀਂ ਪਹਿਲਾਂ ਨਾ ਗੱਲ ਕਰਦੇ ਸੀ ਨਾ ਕਿ ਬੰਟੀ ਭਾਜੀ ਹੋਰਾਂ ਨੇ ਕਿੰਨੇ ਸਿੰਗਰ ਤੁਸੀਂ ਲਾਂਚ ਕੀਤੇ, ਹੈ ਨਾ, ਤੁਹਾਡੇ ਹੱਥਾਂ ਵਿੱਚ ਹੀ ਨਿਕਲ ਕੇ ਗਏ। ਫਾਈਨਲੀ ਅੱਜ ਇੱਕ ਵੱਡੇ ਪ੍ਰੋਡਕਸ਼ਨ ਹਾਊਸ ਦੀ ਇੱਕ ਵੱਡੀ ਫਿਲਮ 'ਚ ਤੁਹਾਡਾ ਡੈਬਿਊ ਹੋਣ ਜਾ ਰਿਹਾ, ਮੈਂ ਉਹ ਫੀਲਿੰਗ ਜਾਣਨੀ ਚਾਹੁੰਦਾ। ਵਧੀਆ ਫੀਲਿੰਗ ਆ, ਕਿਉਂਕਿ ਇਹ ਫਿਲਮ 'ਚ ਮੈਨੂੰ ਇਸ ਕਰਕੇ ਲਿਆ ਟੀਮ ਨੇ ਕਿ ਬੰਟੀ ਬੈਂਸ ਨੂੰ ਆਪਾਂ ਫਿਲਮ 'ਚ ਲੈ ਲਈਏ। ਸੋ ਇਹਨਾਂ ਨੇ ਸੁਣਿਆ ਕਿ ਕੋਈ ਮੈਂ ਐਕਟਿੰਗ ਵਰਕਸ਼ਾਪ ਜੁਆਇਨ ਕੀਤੀ ਸੀ, ਸੋ ਉਹਦੇ 'ਚ ਕੋਈ ਸੀਨ 'ਚ ਮੈਂ ਐਕਟ ਕੀਤਾ, ਸੋ ਉਹਦੇ ਬਾਰੇ ਸੁਣਿਆ ਇਹਨਾਂ ਨੇ। ਇਹਨਾਂ ਨੂੰ ਜਗਦੀਪ ਹੋਣਾ ਨੂੰ ਸੰਤੋਸ਼ ਭਾਅ ਜੀ ਨੇ ਦੱਸਿਆ ਕਿ ਬੰਟੀ ਭਾਅ ਜੀ ਨੇ ਬੜਾ ਵਧੀਆ ਐਕਟ ਕੀਤਾ ਉੱਥੇ, ਸੋ ਉਹਨਾਂ ਨੂੰ ਤੁਸੀਂ ਇਹ ਕਰੈਕਟਰ ਲਈ ਲਓ, ਅਤੇ ਫਿਰ ਉਹਦੇ ਕਰਕੇ ਮੈਨੂੰ ਲਿਆ ਅਤੇ ਮੈਨੂੰ ਚੰਗਾ ਲੱਗਿਆ। ਤੁਸੀਂ ਜਿਹੜਾ ਕਲਾਸ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਉਰਦੂ ਸਿੱਖਣ ਲੱਗੇ, ਇਹ ਇਸ ਫਿਲਮ ਕਰਕੇ ਹੋਇਆ ਸੀਗਾ ਜਾਂ ਇਸ ਤੋਂ ਪਹਿਲਾਂ ਤੁਹਾਡਾ ਸ਼ੌਕ ਸੀਗਾ ਯਾਰ ਮੈਂ ਉਹ ਚੀਜ਼ ਇਹ ਹੋਰ ਸਿੱਖਣਾ ਚਾਹੁੰਦਾ ਮੈਂ? ਹਾਂ, ਇਹ ਫਿਲਮ ਕਰਕੇ ਤਾਂ ਨਹੀਂ ਉਰਦੂ ਸਿੱਖਣ ਲੱਗਿਆ ਸੀ, ਉਹ ਤਾਂ ਮੈਂ ਪਲੱਸ ਟੂ ਤੋਂ ਬਾਅਦ ਕਾਲਜ ਨਹੀਂ ਗਿਆ, ਯੂਨੀਵਰਸਿਟੀ ਨਹੀਂ ਗਿਆ, ਤਾਂ ਉਦੋਂ ਮੈਨੂੰ ਕਦੇ ਕਦੇ ਹੁੰਦਾ ਸੀਗਾ ਕਿ ਮੈਂ ਵੀ ਐਕਸਪੀਰੀਅੰਸ ਕਰਾਂ ਕਾਲਜ ਯੂਨੀਵਰਸਿਟੀ ਦੀ ਲਾਈਫ, ਅਤੇ ਉਸ ਕਰਕੇ ਮੈਨੂੰ ਲੱਗਿਆ ਪਿੱਛੇ ਜੇ ਕਿ ਮੈਂ ਥੋੜ੍ਹਾ ਜਿਹਾ ਵਿਹਲਾਂ, ਅਤੇ ਮੈਂ ਐਡਮਿਸ਼ਨ ਲੈ ਲਈ। ਕਾਲਜ ਲਾਈਫ ਤੁਸੀਂ ਨਹੀਂ ਸੀ ਪਹਿਲਾਂ ਵੇਖੀ ਸੀ? ਮੈਂ ਪਲੱਸ ਟੂ ਤੱਕ ਪੜ੍ਹਿਆ, ਉਹ ਤੋਂ ਬਾਅਦ ਕੰਮ ਕਰਨ ਲੱਗ ਗਿਆ ਸੀ। ਤੁਹਾਡੇ ਤੋਂ ਸੱਚੀ ਮੈਂ ਤੁਹਾਡਾ ਇਹ ਚੀਜ਼ ਦਾ ਮੈਂ ਤੁਹਾਡਾ ਵੱਡਾ ਵੱਡਾ ਫੈਨ ਹਾਂ। ਤੁਸੀਂ ਆਪਣੇ ਆਪ 'ਚ ਬਹੁਤ ਚੇਂਜ ਕੀਤਾ, ਤੁਸੀਂ ਉਹ ਟਾਈਮ ਦੇ ਗਾਣੇ ਵੀ ਲਿਖੇ ਜਦੋਂ ਡਿਊਟ ਦਾ ਪੂਰਾ ਜ਼ੋਰ ਸੀਗਾ, ਹੈ ਨਾ, ਤੁਸੀਂ ਅੱਜ ਵਾਲੇ ਗਾਣੇ ਵੀ ਲਿਖ ਰਹੇ ਹੋ, ਨਹੀਂ ਇੱਕ ਇੱਕ ਸ਼ੈਲੀ ਬਣ ਜਾਂਦੀ ਹੈ ਗੀਤਕਾਰ ਦੀ, ਹੈ ਨਾ, ਅਸੀਂ ਇਹ ਕਹਿਣ ਲੱਗ ਜਾਂਦੇ ਯਾਰ ਇਹ ਉਸ ਜ਼ਮਾਨੇ ਦਾ ਹਿੱਟ ਗੀਤਕਾਰ, ਤੁਹਾਨੂੰ ਅਸੀਂ ਉਸ ਜ਼ਮਾਨੇ 'ਚ ਵੀ ਹਿੱਟ ਸੀ, ਤੁਸੀਂ ਅੱਜ ਵੀ ਹਿੱਟ ਹੋ, ਇਹ ਚੇਂਜ ਆ ਜਿਹੜਾ ਇਹ ਇਹ ਕਿੱਦਾਂ? ਨਹੀਂ ਨਹੀਂ, ਜਦੋਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਦੇਖਦੇ ਹੋ ਨਾ, ਅਤੇ ਆਪਸ਼ਨ ਹੀ ਨਹੀਂ ਹੁੰਦੀ ਤੁਹਾਡੇ ਕੋਲ ਕੋਈ ਹੋਰ, ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਸਰਵਾਈਵ ਨਹੀਂ ਕਰ ਪਾਓਗੇ, ਤੁਹਾਡੇ ਨਾਲ ਹੋਰ ਵੀ 40-50 ਜਣੇ ਜੁੜੇ ਹੋਏ ਨੇ, ਸੋ ਉਹਨਾਂ ਦਾ ਵੀ ਔਖਾ ਹੋ ਜਾਣਾ, ਸੋ ਆਪਣੇ ਆਪ ਹੀ ਹੋ ਜਾਂਦੀਆਂ ਨੇ ਇਹ ਚੀਜ਼ਾਂ ਸਾਰੀਆਂ। ਮੈਂ ਜਿਹੜੇ ਨਵੇਂ ਲਿਖਣ ਵਾਲੇ ਨੇ ਜਾਂ ਨਵੇਂ ਗਾਉਣ ਵਾਲੇ ਨੇ, ਨਵੇਂ ਮਿਊਜ਼ਿਕ ਪ੍ਰੋਡਿਊਸਰਸ ਨੇ, ਉਹਨਾਂ ਨੂੰ ਜੇ ਉਹ ਚੱਲਦੇ ਹੁੰਦੇ ਨੇ ਤਾਂ ਉਹਨਾਂ ਨੂੰ ਬਹੁਤ ਸੁਣਨਾ, ਸ਼ਾਇਦ ਮੈਨੂੰ ਲੱਗਦਾ ਕਿ ਉਸ ਕਰਕੇ ਆਪਣੇ ਆਪ ਹੀ ਕੁਦਰਤੀ ਉਵੇਂ ਦੇ ਬਣਦੇ ਰਹਿੰਦੇ ਨੇ ਗਾਣੇ। ਸੋ ਹੁਣ ਤਾਂ ਜਿਹੜੇ ਅੱਗੇ ਆਉਣ ਵਾਲੇ ਨੇ ਉਹ ਮੈਨੂੰ ਐਂ ਲੱਗਦਾ ਕਿ ਉਹ ਤੁਹਾਨੂੰ ਮੈਨੂੰ ਤਾਂ ਚੰਗੇ ਲੱਗ ਹੀ ਨਹੀਂ ਰਹੇ ਨੇ ਗਾਣੇ ਜਾਂ ਅਤੇ ਆਰਟਿਸਟ, ਸੋ ਉਹ ਵੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵਧੀਆ ਲੱਗਣਗੇ। ਤੁਹਾਡੇ 'ਚ ਮੈਂ ਬੜੀ ਇਹ ਚੀਜ਼ ਤੁਹਾਡੇ ਮੈਂ ਵੇਖੀ, ਜਿੱਥੇ ਤੁਹਾਨੂੰ ਲੱਗਦਾ ਵੀ ਯਾਰ ਇੱਥੇ ਹੋਰ ਬੰਦੇ ਨੂੰ ਮੌਕਾ ਦੇਣਾ ਚਾਹੀਦਾ, ਉਹ ਵੀ ਤੁਸੀਂ ਦਿੰਦੇ ਹੋ, ਨਹੀਂ ਆਹ ਟਾਈਮ 'ਤੇ ਕਹਿੰਦਾ ਸਾਡੇ 'ਚ ਈਗੋ ਵੀ ਆ ਜਾਂਦੀ ਹੈ ਵੀ ਯਾਰ ਮੈਂ ਹੀ ਹੋਣਾ ਚਾਹੀਦਾ। ਤੁਸੀਂ ਵੀ ਲਿਖ ਸਕਦੇ ਹੋ, ਸੋਹਣਾ ਲਿਖ ਸਕਦੇ ਹੋ, ਪਰ ਤੁਸੀਂ ਨਵੇਂ ਮੁੰਡਿਆਂ ਨੂੰ ਵੀ ਨਾਲ ਅੱਗੇ ਨਾਲ ਲੈ ਕੇ ਚੱਲੋ ਵੀ ਨਹੀਂ ਯਾਰ ਇੱਥੇ ਤੂੰ ਵੀ ਇਹ ਚੀਜ਼ ਕਰ। ਇਹ ਇੰਨੀ ਭਾਵਨਾ ਬੰਦੇ 'ਚ ਕਦੋਂ ਆ ਜਾਂਦੀ ਜੋ ਕਿ ਮੁਕਾਮ ਹਾਸਲ ਕਰ ਲੈਂਦੇ ਆਪਾਂ ਯਾਰ ਸਾਰਾ ਕੁਝ ਵੇਖ ਲਿਆ ਹੁਣ ਤਾਂ? ਨਹੀਂ ਨਹੀਂ, ਇਹ ਉਦੋਂ ਨਹੀਂ ਆਉਂਦੀ, ਇਹ ਮੈਨੂੰ ਐਂ ਲੱਗਦਾ ਹੁੰਦਾ ਕਿ ਇਹ ਪਹਿਲੇ ਦਿਨ ਤੋਂ ਹੀ ਇੱਦਾਂ ਹੋਣਾ ਚਾਹੀਦਾ ਬੰਦੇ ਨੂੰ, ਬੰਦੇ ਨੂੰ ਉੱਥੇ ਲੱਤਾਂ ਨਹੀਂ ਫਸਾਉਣੀਆਂ ਚਾਹੀਦੀਆਂ ਜਿੱਥੇ ਬੰਦੇ ਨੂੰ ਲੱਗੇ ਕਿ ਇੱਥੇ ਮੈਂ ਇਹ ਕਰ ਨਹੀਂ ਸਕਦਾ ਚੀਜ਼ ਪਰ ਮੈਂ ਕਰ ਲਵਾਂ, ਇਹ ਜੇ ਮੈਂ ਕਰਕੇ ਤਾਂ ਇੱਦਾਂ ਹੋ ਜੂਗਾ। ਜਿਵੇਂ ਜੇ ਫਿਲਮ ਦੀ ਗੱਲ ਹੀ ਕਰੀਏ, ਸੋ ਜੇ ਮੈਨੂੰ ਲੱਗਦਾ ਕਿ ਮੈਂ ਭਾਵੇਂ ਥੋੜ੍ਹਾ ਹੀ ਕੰਮ ਹੈ ਵੀ ਇੰਨਾ ਕੈਕਟ ਮੈਂ ਨਹੀਂ ਕਰ ਪਾਊਂਗਾ ਤਾਂ ਮੈਂ ਨਹੀਂ ਕਰਨੇ ਸੀ। ਜਦੋਂ ਮੈਨੂੰ ਪੁੱਛਿਆ, ਮੈਨੂੂੰ ਲੱਗਿਆ ਕਿ ਮੈਂ ਜਦੋਂ ਮੈਨੂੰ ਲੱਗਿਆ ਕਿ ਮੈਂ ਕਰ ਲੂੰਗਾ ਮੈਂ ਉਦੋਂ ਕੀਤੀ। ਇਹ ਤੋਂ ਪਹਿਲਾਂ ਵੀ ਮੈਨੂੰ ਯਾਦ ਹੈ 2014-15 'ਚ ਕਿਸੇ ਨੇ ਪਾਸ਼ 'ਤੇ ਫਿਲਮ ਬਣਾਉਣੀ ਸੀ, ਇੰਗਲੈਂਡ ਦੇ ਪ੍ਰੋਡਿਊਸਰ ਸੀਗੇ ਕੋਈ ਉਹ, ਅਤੇ ਉਹਨਾਂ ਨੇ ਮੈਨੂੰ ਪੁੱਛਿਆ, ਕਾਫੀ ਜ਼ਿਆਦਾ ਜ਼ੋਰ ਲਾਇਆ, ਉਦੋਂ ਮੈਨੂੰ ਲੱਗਦਾ ਸੀ ਕਿ ਮੈਂ ਨਹੀਂ ਕਰ ਸਕਦਾ, ਅਤੇ ਉਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਕਰੂੰਗਾ, ਮੈਂ ਨਹੀਂ ਕਰ ਸਕਦਾ। ਸੇਮ ਹੀ ਜਿੰਨੇ ਲਿਖਣ ਵਾਲੇ ਨੇ ਜ਼ਿਆਦਾਤਰ ਉਹ ਗਾਉਣ ਲੱਗ ਗਏ, ਅਤੇ ਮੈਂ ਜਦੋਂ ਗਾਣੇ ਗਵਾਉਣਾ ਸਟੂਡੀਓ 'ਚ ਆਪ ਬੋਲ ਕੇ ਜਾਂ ਆਪ ਕਈ ਵਾਰੀ ਡੰਮੀ ਗਾ ਕੇ, ਅਤੇ ਮੈਨੂੰ ਵੀ
ਪਹਿਲਾਂ ਤੋਂ ਹੀ ਬੜੇ ਮਿਊਜ਼ਿਕ ਪ੍ਰੋਡਿਊਸਰਸ ਨੇ, ਟੋਪ ਦੇ ਆਰਟਿਸਟ ਜਾਂ ਟੋਪ ਦੇ ਮਿਊਜ਼ਿਕ ਪ੍ਰੋਡਿਊਸਰਸ ਨੇ ਜਿਹੜੇ ਇਸ ਵੇਲੇ ਸਾਰੇ ਦੋਸਤ ਨੇ ਮੇਰੇ, ਭਾਵੇਂ ਉਹ ਬਾਦਸ਼ਾਹ ਬਾਈ ਆ, ਭਾਵੇਂ ਉਹ ਹਨੀ ਸਿੰਘ ਹੋਣੀ ਨੇ, ਭਾਵੇਂ ਹੋਰ ਵੀ ਜਿੰਨੇ ਵੀ ਆਰਟਿਸਟ ਨੇ। ਅਤੇ ਬੜੇ ਵਾਰੀ ਮੈਨੂੰ ਬੜੇ ਆਰਟਿਸਟਾਂ ਨੇ, ਬੜੇ ਮਿਊਜ਼ਿਕ ਪ੍ਰੋਡਿਊਸਰਸ ਨੇ ਕਿਹਾ ਕਿ ਇੱਕ ਅੱਧਾ ਗਾਣਾ ਤੁਸੀਂ ਵੀ ਗਾ ਦਿਉ। ਜਾਂ ਜਦੋਂ ਡਿਊਟ ਦਾ ਜ਼ਮਾਨਾ ਹੁੰਦਾ ਸੀ ਉਦੋਂ ਮੈਨੂੰ ਯਾਦ ਆ, ਆਨੰਦ ਮਿਊਜ਼ਿਕ ਕੰਪਨੀ ਦੇ ਪ੍ਰੋਡਿਊਸਰ ਨੇ ਮੁਕੇਸ਼ ਹੋਣੀ, ਉਦੋਂ 2006, 7, 8, 9 'ਚ ਉਦੋਂ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਡੂ ਇਟ ਐਲਬਮ ਕਰ ਲਓ ਮਿਸ ਪੂਜਾ ਹੋਣਾ ਨਾਲ। 9-10 'ਚ ਵੀ ਉਹਨਾਂ ਨੇ ਕਿਹਾ ਕਿ ਯਾਰ ਹਾਂ ਕਿ ਤੂੰ ਬੰਟੀ ਵਧੀਆ ਗਾਉਣਾ, ਤੂੰ ਕਰ ਲਾ ਆਪਣੀ ਕੈਸਟ ਐਲਬਮ। ਤਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਪਰਫੋਰਮਰ ਨਹੀਂ ਹੈਗਾ, ਸਟੇਜ 'ਤੇ ਜਾ ਕੇ ਪਰਫੋਰਮ ਕਰਾਂ, ਜਾਂ ਮੈਂ ਸਿੰਗਰ ਉਨਾ ਵਧੀਆ ਨਹੀਂ ਹੈਗਾ, ਉਨਾ ਵਧੀਆ ਵੋਕਲਿਸਟ ਨਹੀਂ ਹੈਗਾ, ਅਤੇ ਉਹ ਮੈਂ ਚੀਜ਼ ਨਹੀਂ ਕੀਤੀ। ਸੋ ਜਿਹੜੀ ਚੀਜ਼ ਬੰਦੇ ਨੂੰ ਲੱਗਦਾ ਕਿ ਮੈਂ ਕਰ ਸਕਦਾ ਉਹੀ ਕਰਨੀ ਚਾਹੀਦੀ ਆ। ਸੇਮ ਹੀ ਜਿਵੇਂ ਤੁਸੀਂ ਕਿਹਾ ਕਿ ਕਿਸੇ ਐਲਬਮ 'ਚ ਜਾਂ ਕਿਸੇ ਚੀਜ਼ 'ਚ ਤੁਸੀਂ ਹੋਰਾਂ ਨੂੰ ਵੀ ਮੌਕਾ ਦਿੰਦੇ ਹੋ ਕਿ ਤੂੰ ਇਹ ਚੀਜ਼ ਲਿਖ। ਸੋ ਜਿੱਥੇ ਮੈਨੂੰ ਲੱਗਦਾ ਕਿ ਮੈਂ ਇਸ ਜੋਨਰ ਦਾ ਜਾਂ ਇਸ ਤਰੀਕੇ ਦੀ ਇਹ ਚੀਜ਼ ਨਹੀਂ ਲਿਖ ਸਕਦਾ, ਨਹੀਂ ਨਿਭਾ ਸਕਦਾ, ਤਾਂ ਫਿਰ ਮੈਂ ਨਹੀਂ ਟਰਾਈ ਕਰਦਾ, ਭਾਵੇਂ ਮੈਂ ਆਪਣੇ ਆਰਟਿਸਟ ਨੂੰ ਕਿਸੇ ਨੂੰ ਲਾਂਚ ਕਰਨਾ ਹੋਵੇ। ਤਾਂ ਇਹ ਜ਼ਰੂਰੀ ਨਹੀਂ ਕਿ ਉਹ ਮੈਂ ਹੀ ਲਿਖਾਂ, ਜੇ ਮੈਂ ਉਹਦੇ ਤਰੀਕੇ ਦਾ, ਉਹਦੀ ਵੋਕਲ ਦੇ ਹਿਸਾਬ ਦਾ ਨਹੀਂ ਲਿਖ ਸਕਦਾ ਤਾਂ ਮੈਨੂੰ ਹੁੰਦਾ ਕਿ ਮੈਂ ਨਾ ਟਰਾਈ ਕਰਾਂ। ਜਿਹੜਾ ਬੈਸਟ ਕੋਂਬੀਨੇਸ਼ਨ ਹੋਊਗਾ ਲਿਰਿਕਸ ਦਾ, ਸਿੰਗਿੰਗ ਦਾ ਜਾਂ ਮਿਊਜ਼ਿਕ ਦਾ, ਮੈਂ ਉਹਦੇ ਤੋਂ ਕਰਵਾਵਾਂ ਅਤੇ ਉਹ ਬੈਟਰ। ਟਾਈਮ ਸੀਗਾ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਕਿਹਾ ਵੀ ਨਹੀਂ ਸਿੰਗਿੰਗ ਕਰਨੀ, ਬਹੁਤੇ ਗੀਤਕਾਰ ਖੁਦ ਸਿੰਗਰ ਬਣੇ ਨੇ, ਤੁਹਾਨੂੰ ਕਿਉਂ ਨਹੀਂ ਲੱਗਿਆ ਵੀ ਯਾਰ ਮੈਨੂੰ ਬਣ ਜਾਣਾ ਚਾਹੀਦਾ ਗਾ? ਮੈਂ ਉਹੀ ਦੱਸਿਆ ਕਿ ਮੈਨੂੰ ਲੱਗਿਆ ਨਹੀਂ ਕਿ ਮੈਂ ਗੁੱਡ ਪਰਫੋਰਮਰ ਹਾਂ ਜਾਂ ਵਧੀਆ ਸਿੰਗਰ ਹਾਂ। ਗਾਉਂਦੇ ਵੀ ਨਹੀਂ ਪਰ ਫਿਰ ਵੀ ਕਹਿੰਦੇ ਨਹੀਂ ਯਾਰ ਅਸੀਂ ਇਹ ਚੀਜ਼ ਕਰ ਲਾਂਗੇ। ਹਾਂ, ਸਾਰਿਆਂ ਦਾ ਆਪਣਾ ਆਪਣਾ ਤਰੀਕਾ ਸੋਚਣ ਦਾ ਜਾਂ ਕੰਮ ਕਰਨ ਦਾ, ਪਰ ਮੈਨੂੰ ਲੱਗਿਆ ਕਿ ਨਹੀਂ ਮੈਂ ਲਿਖਾਂ, ਗਾਣੇ ਲਿਖਾਂ, ਅਤੇ ਨਾਲ ਨਾਲ ਹੋਰ ਪੈਰਲਰ ਜਿਹੜੇ ਕੰਮ ਨੇ, ਭਾਵੇਂ ਉਹ ਈਵੈਂਟਸ ਨੇ, ਭਾਵੇਂ ਆਰਟਿਸਟ ਮੈਨੇਜਮੈਂਟ ਹੈ, ਜਾਂ ਉਹਦੇ ਨਾਲ ਮਿਲਦੇ ਜੁਲਦੇ ਆਪਣਾ ਰਿਕਾਰਡ ਲੇਬਲ ਜਾਂ ਬਾਕੀ ਹੋਰਾਂ ਲੋਕਾਂ ਦੇ ਮਿਊਜ਼ਿਕ ਕੰਪਨੀਜ਼ ਚਲਾਉਣੀਆਂ, ਜਾਂ ਕਿਸੇ ਨਾਲ ਸਭ ਲੇਬਲ ਖੋਲ੍ਹਣਾ, ਜਾਂ ਕੰਟੈਂਟ ਪ੍ਰੋਡਿਊਸ ਕਰਕੇ ਦੇਣਾ, ਲਾਇਸੈਂਸ ਦੇਣਾ। ਸੋ ਮੈਨੂੰ ਲੱਗਿਆ ਕਿ ਉਹ ਮੈਂ ਬਿਹਤਰ ਕਰ ਸਕਦਾ, ਤਾਂ ਇਸ ਕਰਕੇ ਮੈਨੂੰ ਲੱਗਿਆ ਨਹੀਂ ਕਿ ਮੈਂ ਗਾਵਾਂ। ਇੱਕ ਚੀਜ਼ ਅਸੀਂ ਤੁਹਾਡੇ ਤੋਂ ਸਾਰਿਆਂ ਨੇ ਸਿੱਖੀ, ਗੀਤਕਾਰਾਂ ਨੂੰ ਪੈਸੇ ਲੈਣੇ, ਕਹਿੰਦੇ ਬੰਟੀ ਹੋਰਾਂ ਨੇ ਸਿਖਾਇਆ। ਅੱਜ ਤੋਂ ਪਹਿਲਾਂ ਕਿਸੇ ਗੀਤਕਾਰ ਨੂੰ ਪੈਸੇ ਮਿਲਦੇ ਨਹੀਂ ਸੀਗੇ, ਜਾਂ ਉਹਨਾਂ ਦਾ ਸ਼ਿਕਵਾ ਇਹ ਹੁੰਦਾ ਸੀ ਯਾਰ ਫਲਾਣੇ ਕਲਾਕਾਰ ਨੇ ਸਾਡੇ ਪੈਸੇ ਮਾਰ ਲਏ। ਤੁਹਾਡੇ ਤੋਂ ਬਾਅਦ ਲੋਕਾਂ ਨੂੰ ਇਹ ਚੀਜ਼ ਲੱਗੇ ਯਾਰ ਵੀ ਗੀਤਕਾਰ ਨੂੰ ਵੀ ਪੈਸੇ ਮਿਲਦੇ ਨੇ, ਸਾਨੂੰ ਲੈ ਲੈਣੇ ਚਾਹੀਦੇ ਨੇ, ਇੱਦਾਂ ਸਾਡੀ ਵੀ ਗਰੋਥ ਹੈਗੀ। ਮੈਂ ਦੱਸਦਾ ਕਿ ਪਹਿਲਾਂ ਮਿਲਦੇ ਸੀਗੇ, ਇੱਦਾਂ ਨਹੀਂ ਕਿ ਮਿਲਦੇ ਨਹੀਂ ਸੀ, ਮਿਲਦੇ ਸੀਗੇ, ਪਰ ਕਿਤੇ ਨਾ ਕਿਤੇ ਸ਼ਿਕਵਾ ਹੁੰਦਾ ਸੀ ਗੀਤਕਾਰਾਂ ਨੂੰ। ਬੜੇ ਗੀਤਕਾਰਾਂ ਦੇ ਮੈਂ ਇੰਟਰਵਿਊਜ਼ ਅਖਬਾਰਾਂ 'ਚ ਜਾਂ ਸਭ ਕਿਤੇ ਦੇਖਦੇ ਸੁਣਦਾ ਸੀਗਾ ਕਿ ਫਲਾਣੇ ਕਲਾਕਾਰ ਨੇ ਮੇਰੇ ਗਾਣੇ ਗਾਏ, 2-3 ਐਲਬਮਸ ਉਹਦੀਆਂ ਆਈਆਂ ਨੇ, ਮੇਰੇ ਹੀ ਗਾਣੇ ਲਿਖੇ ਹੋਏ ਨੇ 2-3 ਐਲਬਮਸ ਦੇ, ਅਤੇ ਮੈਨੂੰ ਕੁਛ ਵੀ ਨਹੀਂ ਮਿਲਿਆ, ਜਾਂ ਬਹੁਤ ਥੋੜ੍ਹਾ ਮਿਲਿਆ ਜੇ ਕੁਛ ਮਿਲਿਆ, ਅਤੇ ਆਰਟਿਸਟ ਨੇ ਇਹ ਕੁਛ ਬਣਾ ਲਿਆ, ਇੰਨੇ ਉਹਨੂੰ ਪੈਸੇ ਬਣ ਗਏ ਜਾਂ ਇਹ ਚੀਜ਼ਾਂ ਬਣ ਗਈਆਂ। ਤਾਂ ਉਹ ਚੀਜ਼ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਸੀਗੀ, ਅਤੇ ਉਹ ਚੀਜ਼ ਮੈਨੂੰ ਲੱਗਦਾ ਸੀਗਾ ਕਿ ਕਿਵੇਂ ਮੈਂ ਉਹਨੂੰ ਦੇਖਾਂ ਕਿ ਮੈਂ ਗਾਣੇ ਵੇਚ ਕੇ ਉਹਦੇ ਪੈਸੇ ਕਿੰਨੇ ਕੁ ਕੋਈ ਮੈਨੂੰ ਦੇ ਦੂਗਾ ਮੇਰੇ ਗਾਣੇ ਦੇ, ਜਾਂ ਮੈਂ ਆਪਣੇ ਗਾਣੇ ਆਪ ਹੀ ਲਿਖਾਂ, ਆਪਣੇ ਆਰਟਿਸਟ ਆਪ ਹੀ ਲਾਂਚ ਕਰਾਂ। ਅਤੇ ਉਹ ਚੀਜ਼ਾਂ ਦਾ ਫਿਰ ਕੋਂਬੀਨੇਸ਼ਨ ਜਿਹਾ ਬਣਾ ਕੇ ਮੈਂ ਜਦੋਂ ਕੀਤੀਆਂ, ਅਤੇ ਉਹ ਫਿਰ ਮੈਨੂੰ ਆਈਡੀਆ ਲੱਗ ਗਿਆ ਕਿ ਇਸ ਤਰੀਕੇ ਨਾਲ ਪੈਸੇ ਵੀ ਬਣ ਸਕਦੇ ਨੇ, ਆਰਟਿਸਟ ਵੀ ਆਪਣੇ ਲਾਂਚ ਹੋ ਸਕਦੇ ਨੇ, ਅਤੇ ਗਾਣੇ ਵੀ ਤੁਹਾਡੇ ਆ ਸਕਦੇ ਨੇ। ਅਤੇ ਬਾਕੀਆਂ ਨੂੰ ਵੀ ਜਿੰਨੇ ਕੋਈ ਮੇਰੇ ਨਾਲ ਜਿਹੜੇ ਕੋਈ ਨਵੇਂ ਜੁੜੇ ਹੁੰਦੇ ਸੀਗੇ, ਜਾਂ ਜਦੋਂ ਕੋਈ ਪੁੱਛਦਾ ਸੀ, ਮੈਂ ਇਹੀ ਕਿਹਾ ਕਿ ਤੁਹਾਡੇ 'ਤੇ ਹੈ, ਤੁਸੀਂ ਆਪਣਾ ਗਾਣਾ ਕਿਸੇ ਨੂੰ ਦੇਣਾ ਜਾਂ ਨਹੀਂ ਦੇਣਾ, ਤੁਸੀਂ ਫ੍ਰੀ 'ਚ ਦੇਣਾ ਜਾਂ ਤੁਸੀਂ ਆਪਣੀ ਵੈਲਿਊ ਆਪ ਦੱਸ ਕੇ ਉਹ ਗਾਣੇ ਦੀ ਲੈਣੀ ਹੈ, ਤੁਹਾਡੇ 'ਤੇ ਆ। ਸੋ ਜੇ ਤੁਸੀਂ ਕਲਾਕਾਰਾਂ ਦੇ ਪਿੱਛੇ ਪਿੱਛੇ ਜਿਵੇਂ ਉਦੋਂ ਹੁੰਦਾ ਸੀਗਾ
ਕਿ ਤੁਸੀਂ ਭੱਜੇ ਫਿਰੋਗੇ ਕਿ ਪਲੀਜ਼ ਮੇਰਾ ਗਾਣਾ ਗਾ ਦਿਓ, ਅਤੇ ਜਦੋਂ ਤੁਸੀਂ ਇੱਦਾਂ ਕਹੋਗੇ ਤਾਂ ਉਦੋਂ ਤਾਂ ਫਿਰ ਹੋਰ ਤਰੀਕੇ ਨਾਲ ਸਾਹਮਣੇ ਵਾਲੇ ਨੇ ਕਰਨਾ। ਪਰ ਉਹ ਉਸ ਵੇਲੇ ਠੀਕ ਵੀ ਸੀਗਾ, ਕਿਉਂਕਿ ਉਦੋਂ ਤਾਂ ਸਾਡੇ ਵੇਲੇ ਤਾਂ ਇਹ ਹੁੰਦਾ ਸੀ, ਜਦੋਂ ਮੈਂ ਸ਼ੁਰੂਆਤ ਕੀਤੀ ਗੀਤਕਾਰ ਨੂੰ ਇਹ ਹੁੰਦਾ ਸੀਗਾ ਕਿ ਕਾਸ਼ ਕਿਤੇ ਮੇਰਾ ਇੱਕੋ ਹੀ ਗਾਣਾ ਕਿਤੋਂ ਰਿਕਾਰਡ ਹੋ ਜਾਵੇ, ਹੈ ਨਾ। ਸੋ ਦੇ ਦਿੰਦੇ ਸੀ ਗੀਤਕਾਰ ਵੀ, ਯਾਰ ਪੈਸੇ ਲੈ ਲਾ ਮੇਰਾ ਗਾਣਾ ਗਾ। ਬਿਲਕੁਲ ਬਿਲਕੁਲ ਬਿਲਕੁਲ। ਸੋ ਸਿਚੁਏਸ਼ਨ ਸੀਗੀਆਂ, ਸੋ ਉਹਨੂੰ ਹਰੇਕ ਬੰਦਾ ਆਪਣੇ ਤਰੀਕੇ ਨਾਲ ਕਿਵੇਂ ਲੈ ਕੇ ਚੱਲਦਾ ਉਹਦੇ 'ਤੇ ਹੈ। ਜਦੋਂ ਫਿਰ ਮੈਂ ਆਪਣੇ ਤਰੀਕੇ ਨਾਲ ਆਪਣੀਆਂ ਚੀਜ਼ਾਂ ਕੀਤੀਆਂ, ਆਪਣੇ ਆਰਟਿਸਟ ਆਪੇ ਲਾਂਚ ਕੀਤੇ, ਆਪਣੇ ਤਰੀਕੇ ਨਾਲ ਨਵੇਂ ਕਲਾਕਾਰਾਂ ਦੇ ਗਾਣੇ ਜਾਂ ਐਲਬਮਸ ਬਣਾ ਕੇ, ਭਾਵੇਂ ਉਹ ਪਰਪੈਕਚੁਅਲ ਵੇਚੀਆਂ ਜਾਂ ਲਾਇਸੈਂਸ ਕੀਤੀਆਂ ਜਾਂ ਆਪ ਰਿਲੀਜ਼ ਕੀਤੇ। ਸੋ ਮੇਰਾ ਐਕਸਪੀਰੀਅੰਸ ਗੁੱਡ ਰਿਹਾ, ਵਧੀਆ ਰਿਹਾ। ਫਿਰ ਮੈਂ ਤੁਹਾਡੇ ਤੋਂ ਇਹ ਚੀਜ਼ ਜ਼ਰੂਰ ਜਾਣਨਾ ਚਾਹੂੰਗਾ, ਤੁਸੀਂ ਆਪਣੇ ਹਿਸਾਬ ਨਾਲ ਚੀਜ਼ਾਂ ਜਵਾਬ ਦਿਓ ਮੈਨੂੰ। ਸਿੱਧੂ ਬਾਈ ਨਾਲ ਤੁਹਾਡੀ ਬੜੀ ਮੁਹੱਬਤ, ਬੜੀ ਯਾਰੀ ਸੀਗੀ, ਅਤੇ ਉਹ ਵੀ ਉਹ ਬੰਦੇ ਨੂੰ ਕਹਿੰਦੇ ਮੈਂ ਯਾਰ ਕਹਿੰਦਾ ਵੀ ਜਿਹੜਾ ਮੈਨੂੰ ਦਿਲ ਦਾ ਸਾਫ਼ ਲੱਗੇ, ਇਹ ਤੁਹਾਡੀ ਯਾਰੀ ਦਾ ਮੈਂ ਅੱਜ ਰਾਜ ਜਾਣਨਾ ਚਾਹੁੰਦਾ ਮੈਂ। ਨਹੀਂ ਨਹੀਂ, ਉਹ ਬਹੁਤ ਵਧੀਆ ਇਨਸਾਨ ਸੀਗਾ ਉਹ ਮੇਰੇ, ਮਤਲਬ ਮੈਨੂੰ ਚੰਗੀ ਤਰ੍ਹਾਂ ਯਾਦ ਆ। ਅਸੀਂ ਜੇ ਜਿੰਨੇ ਵਾਰੀ ਵੀ ਮਿਲਿਆ, ਜਿਵੇਂ ਮੈਂ ਤੁਹਾਡੇ ਨਾਲ ਐਂ ਗੱਲ ਕਰ ਰਿਹਾ, ਉਹਨੇ ਕਦੇ ਐਂ ਗੱਲ ਹੀ ਨਹੀਂ ਕੀਤੀ, ਉਹ ਇੱਦਾਂ ਹੀ ਕਰਕੇ ਗੱਲ ਕਰਦਾ ਸੀ ਮੇਰੇ ਇਕੱਲੇ ਨਾਲ ਨਹੀਂ। ਹਾਂ ਹਾਂ, ਮੇਰੇ ਇਕੱਲੇ ਨਾਲ ਨਹੀਂ, ਉਹ ਹਰ ਇੱਕ ਨੂੰ ਇੱਜ਼ਤ ਦਿੰਦਾ ਸੀਗਾ, ਆਪਣੇ ਤੋਂ ਛੋਟਿਆਂ ਨੂੰ ਉਵੇਂ ਪਿਆਰ ਕਰਦਾ ਸੀ, ਅਤੇ ਆਪਣੇ ਤੋਂ ਵੱਡਿਆਂ ਨੂੰ ਉਹ ਉੱਨੀ ਇੱਜ਼ਤ ਦਿੰਦਾ ਸੀ, ਭਾਵੇਂ ਉਹ ਇੰਡਸਟਰੀ ਦੇ ਲੋਕ ਹੁੰਦੇ ਸੀ। ਅਤੇ ਉਹਨੇ ਕਦੇ ਉਹ ਅੱਖ 'ਚ ਅੱਖ ਪਾ ਕੇ ਵੀ ਨਹੀਂ ਗੱਲ ਕਰਦਾ ਸੀ, ਉਹਨੂੰ ਬਹੁਤ ਅਕਲ ਸੀ ਇਹਨਾਂ ਚੀਜ਼ਾਂ ਦੀ। ਸੋ ਪਿਆਰ ਹੈ ਨਹੀਂ ਸੀ, ਪਿਆਰ ਹੈਗਾ ਹੀ ਆ, ਪਿਆਰ ਤਾਂ ਨਾਲ ਹੀ ਰਹੂਗਾ। ਸ਼ਬਦ ਮੈਂ ਕਿਹਾ ਪਰ ਪਿਆਰ ਹੈ, ਮਤਲਬ ਮੈਂ ਜਾਣਨਾ ਚਾਹੁੰਦਾ ਸੀ ਤੁਸੀਂ ਉਹਨੂੰ ਮੈਨੇਜ ਕੀਤਾ, ਹੈ ਨਾ। ਕਹਿੰਦੇ ਸੀ ਯਾਰ ਉਹ ਲੱਗਦਾ ਸੀ ਬੰਦਾ ਅੜ ਬਹੂ ਇੱਦਾਂ ਦਾ ਹੋਊਗਾ, ਪਰ ਉਹ ਨਾ ਨਾ ਬਿਲਕੁਲ ਨਹੀਂ ਸੀਗਾ। ਜਿਹੜਾ ਬੰਦਾ ਉਹਨੂੰ ਮਿਲਦਾ ਸੀ ਉਹਨੂੰ ਪਤਾ ਹੁੰਦਾ ਸੀਗਾ ਕਿ ਉਹ ਕਿਵੇਂ ਦਾ ਕਿਵੇਂ ਕਿੱਦਾਂ ਦਾ ਸੁਭਾਅ ਉਹਦਾ। ਸੋ ਵੀਰੇ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਅਸੀਂ ਦਿਲੀ ਦੁਆਵਾਂ ਨੇ ਕਿ ਸ਼ਾਇਰ ਸੁਪਰ ਡੁਪਰ ਹਿੱਟ ਹੋਵੇ ਇਸ ਫਿਲਮ 'ਚ, ਨਹੀਂ ਤੁਹਾਨੂੰ ਇਸ ਅੱਗੇ ਹੋਰ ਬਹੁਤ ਸਾਰੀਆਂ ਅਸੀਂ ਤੁਹਾਨੂੰ ਫਿਲਮਾਂ 'ਚ ਵੇਖੀਏ। ਬਿਲਕੁਲ ਜੀ, 19 April ਨੂੰ ਫਿਲਮ ਹੋਣੀ ਹੈ ਸ਼ਾਇਰ ਸਾਡੀ, ਤੁਸੀਂ ਦੇਖ ਕੇ ਆਇਓ, ਤੁਹਾਨੂੰ ਚੰਗਾ ਐਕਸਪੀਰੀਅੰਸ ਕਰਕੇ ਤੁਸੀਂ ਥੀਏਟਰ 'ਚੋਂ ਨਿਕਲੋਗੇ। ਥੈਂਕ ਯੂ।